ਆਹ ਦੇਖੋ ਆਹ ਫੜਿਆਗਾ ਚੋਰ ਵਾਲੇ ਬਾਲੀ ਲਾ ਕੇ ਭੱਜਿਆਗਾ ਜਦੋਂ ਹੁਣ ਸਿੱਖ ਘੇਰਿਆ ਗੱਡੀਆਂ ਲੱਗ ਨਰਸਰੀ ਰੋਡ ਸੁਮੇਰ ਮਹਿਲਾ ਰੋਡ ਦੇ ਉੱਤੇ ਸੰਗਰੂਰ ਅਸੀਂ ਗੱਡੀ ਲਾ ਕੇ ਘੇਰਿਆ ਜੇਬ ਨਿਕਲੀ ਹੈ ਜੇਬ ਤੋਂ ਸੂਈ ਨਿਕਲੀ ਗੱਡੀਆਂ ਲਾਈਆਂ ਮਗਰ ਪੰਜਾਬ ਦੇ ਹਾਲਾਤ ਹੋਏ ਪਏ ਜਦੋਂ ਤੇਰੇ ਮੂਹਰੇ ਗੱਡੀ ਚਿੱਟਾ ਕੱਢ ਦੇ ਚਿੱਟਾ ਹੈਗਾ ਦੇਖ ਲੋ ਮਾਤਾ ਜੀ ਜੀ ਆਹ ਮਾਤਾ ਜੀ ਮਾਤਾ ਜੀ ਲੈ ਲਈ ਆਪਾਂ ਲੈ ਲਈ ਤੁਹਾਨੂੰ ਦਿੰਦਾ ਆਹ ਮਾਤਾ ਦੇ ਲੋ ਉਮਰ ਦੇਖੋ ਇਹਨੂੰ ਇਹ ਤੋਂ ਖੋ ਕੇ ਭੱਜਿਆਗਾ ਇਹਨਾਂ ਨੂੰ ਸ਼ਰਮ ਨੀ ਆਉਂਦੀ ਮਾਤਾ ਜੀ ਕਿਵੇਂ ਥੋਤੋਂ ਡਰਾ ਕੇ ਲਈ ਹੈਗੀ ਕੀ ਕਹਿੰਦਾ ਖਿੱਚ ਕੇ ਲੈ ਗਿਆ ਬਾਈ ਜੀ ਆਹ ਗੱਡੀਆਂ ਲਾ ਕੇ ਅਸੀਂ ਘੇਰਿਆ ਕਹਿੰਦੀ ਭੱਜ ਗਿਆ ਸੀ ਗੱਡੀਆਂ ਅਸੀਂ ਮਗਰ ਲਾਈ ਆਹ ਗੱਡੀ ਲਾਈ ਆਹ ਦੇਖ ਲੋ ਬੇਚਾਰੀ ਬਜ਼ੁਰਗ ਮਾਂ ਇਹਦੀ ਆਹ ਦੇਖੋ ਆਹ ਇਹਦਾ ਆਹ ਟੀਕਾ ਹੈਗਾ ਆਹ ਇਹਦਾ ਕਾਂਟਾ ਲਾਇਆ ਠੀਕ ਹੈ ਜੇਬ ਚੋਂ ਨਿਕਲਿਆ ਕੋਈ ਨਾ ਕੋਈ ਨਾ ਮਾਤਾ ਜੀ ਫੜੀ ਬੱਬੂ ਆ ਫੜੀ ਬੱਬੂ ਇੱਧਰ ਫੜ ਆ ਭਾਈ ਮਾੜੀ ਬਣਿਆ ਮਾੜੀ ਇੱਧਰ ਬਣਾ ਬਣਾਈ ਇੱਧਰ ਦੇਖ ਲੋ ਸ਼ਕਲ ਦੇਖ ਲੋ ਆਹ ਰੋਡ ਹੈ ਬਾਈ ਇਧਰੋਂ ਅਸੀਂ ਗੱਡੀਆਂ ਲਾਈਆਂ ਮਗਰ ਗੱਡੀਆਂ ਇਧਰਲੇ ਪਾਸੇ ਹਾਈਵੇ ਜਿਹੜੀ ਜਾਂਦੀ ਹੈਗੀ ਦਿੱਲੀ ਵਾਲੀ ਮਹਿਲਾ ਚੌਂਕ ਵਾਲੀ ਉੱਥੋਂ ਅਸੀਂ ਗੱਡੀਆਂ ਲਾ ਕੇ ਆਹ ਗੱਡੀ ਲਾਈ ਮਗਰ ਉਹ ਹੋਰ ਗੱਡੀ ਲਾ ਕੇ ਮਸਾਂ ਘੇਰਿਆ ਭੱਜ ਗਿਆ ਸੀ ਉੱਥੋਂ ਮੋੜ ਕੇ ਗੱਡੀ ਦੂਜੇ ਪਾਸੇ ਨੂੰ ਭੱਜ ਰਿਹਾ ਹੈ ਮਾਤਾ ਡਰਨ ਦੀ ਲੋੜ ਨੀ ਕੋਈ ਨਾ ਕੋਈ ਨਾ ਇਹ ਹਾਲਾਤ ਨੇ ਬਾਈ ਜੀ ਪੰਜਾਬ ਦੇ ਹਾਲਾਤ ਦੇਖੋ ਕੀ ਬਣੇ ਪਏ ਨੇ
ਦਿਨ ਦਿਹਾੜੇ ਆ ਬਜ਼ੁਰਗ ਮਾਂ ਦੇ ਦਿਨ ਦਿਹਾੜੇ ਲਾ ਕੇ ਲੈ ਗਿਆ ਕੰਨਾਂ ਦੇ ਵਿੱਚੋਂ। ਕੀ ਕਹਿੰਦਾ ਮਾਤਾ ਸੋਨੂੰ ਕਿਹਾ? ਮੈਨੂੰ ਕਹਿੰਦਾ ਵੀ ਸੁਨਾਮ ਸ਼ਰ ਕਿਤੇ ਮੈਨੂੰ ਦੱਸ ਦੇ ਵੀ ਸੁਨਾਮ ਕਿੱਧਰ ਹੈ ਜੀ। ਮੈਂ ਕਿਹਾ ਇੱਧਰ ਆ ਬਾਈ। ਅੱਛਾ ਮੈਨੂੰ ਉੱਥੋਂ ਕਹਿੰਦਾ ਮੈਂ ਤੁਹਾਨੂੰ ਛੱਡਿਆ ਮਾਮਾ, ਚਲੋ ਮੈਂ ਬਾਈ ਜੀ। ਮੈਨੂੰ ਕਹਿੰਦਾ ਉੱਥੋਂ ਮੈਂ ਦਾਹਾਂ ਵਿਚਾਰੇ ਕੇ ਗਿਆ ਜੀ, ਮੇਰੀ ਬਾਲੀ ਖਾ ਗਈ। ਮੈਂ ਤਾਂ ਮੋਟਰਸਾਈਕਲ ਵੀ ਫੜਿਆ ਮੇਰੇ ਤੋਂ ਨਹੀਂ। ਆਹੋ ਤਾਂ ਕੁਦਰਤੀ ਅਸੀਂ ਆ ਕੇ ਦੇਖ ਕੇ ਅਸੀਂ ਗੱਡੀ। ਅੱਛਾ ਕਿੱਥੋਂ ਦਾ? ਇੱਥੋਂ ਦੇ ਅੱਛਾ। ਅੱਜ ਕੋਈ ਨਾ, ਜਿਹਦਾ ਕਰ ਦਿੰਦਾ ਪੱਕਾ ਪੈਂਚਰ ਲਾ ਦਿੰਦਾ ਜਿਹਨੂੰ, ਇਹਨੂੰ ਗੋਬਿੰਦ ਜੀ ਥਾਣੇ ਵਸਾਓ ਜੀ ਕਰੋ ਇਹਦਾ। ਹਾਂ ਰੋਜ਼ ਦਾ ਦੇਖ ਲੋ, ਰੋਜ਼ ਦਾ ਕੰਮ ਹੈ। ਕਿਹਦੇ ਕਹਿੰਦੇ ਬਾਈ ਜੀ ਕਹਿੰਦੇ ਕਿਹਦਾ ਮੋਬਾਈਲ ਖੋ ਕੇ ਲੈ ਜਾਂਦਾ, ਕਿਹਦਾ ਕੁਛ ਖੋ ਕੇ ਕੰਮ ਹੈ ਉੱਥੇ ਰੋਜ਼। ਇਸੇ ਟਾਈਮ ਕੀ ਨਹੀਂ ਕਰਦਾ, ਪਰਸੋਂ ਮੋਬਾਈਲ ਲੈ ਗਿਆ ਮੁੰਡੇ ਦਾ। ਪੰਜਾਬ ਦੀ ਮਸ਼ਹੂਰ ਸੂਫੀ ਗਾਇਕਾ ਜੋ